ਖਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਹਲਕੇ ਧੂਰੀ 'ਚ ਚੋਰੀ ਔਰ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਪੂਰੀ ਤਰ੍ਹਾਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਔਰ ਜਿਸ ਦੇ ਚੱਲਦਿਆਂ ਸ਼ਹਿਰ ਦੇ ਚਾਰੋਂ ਪਾਸੇ CCTV ਕੈਮਰੇ ਲਗਾ ਕੇ ਸ਼ਹਿਰ ਦੀ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ ਔਰ ਇਸੇ ਦੇ ਤਹਿਤ DSP ਪਰਮਿੰਦਰ ਸਿੰਘ ਔਰ ਥਾਣਾ ਸਿਟੀ ਇੰਚਾਰਜ ਹਰਜਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਨੂੰ ਲੈ ਕੇ ਪੂਰੇ ਧੂਰੀ ਸ਼ਹਿਰਾਂ ਦੇ ਬੈਂਕਾਂ ਵਿੱਚ ਜਾਂਦੇ ਨੇ ਤਾਂ ਖਾਸ ਤੌਰ 'ਤੇ ਉਹਨਾਂ ਵੱਲੋਂ ਬਾਰੀਕੀ ਨਾਲ ATMs ਦੀ ਜਾਂਚ ਕੀਤੀ ਜਾਂਦੀ ਹੈ। ਤੁਸੀਂ ਦੇਖਿਆ ਹੋਏਗਾ ਕਿ ਪਿਛਲੇ ਸਮੇਂ ਵਿੱਚ ਕਾਫੀ ATM ਜਿਹੜੇ ਨੇ ਉਹ ਲੁੱਟੇ ਗਏ ਨੇ ਔਰ ਚੋਰ ਜਿਹੜੇ ਨੇ ਲਗਾਤਾਰ ਕੋਸ਼ਿਸ਼ਾਂ ਕਰਦੇ ਰਹਿੰਦੇ ਨੇ ਕਿ ਜਿੱਥੇ CCTV ਕੈਮਰਾ ਨਹੀਂ ਹੈ ਉੱਥੇ ਜਿਹੜੀ ਹੈ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਵੇ ਔਰ ਇਸੇ ਦੇ ਚੱਲਦਿਆਂ ਪੁਲਿਸ ਵੱਲੋਂ ਸਖਤ ਹਿਦਾਇਤਾਂ ਜਿਹੜੀਆਂ ਨੇ ਉਹ ਬੈਂਕਾਂ ਦੇ ਮੈਨੇਜਰਸ ਨੂੰ ਕੀਤੀਆਂ ਗਈਆਂ ਕਿ ਜਿੱਥੇ ਵੀ ਉਹਨਾਂ ਦੇ ATM ਨੇ ਉੱਥੇ ਜਿਹੜੇ ਕੈਮਰੇ ਲੱਗੇ ਨੇ ਜਿਹੜੇ ਚਾਲੂ ਹਾਲਤ 'ਚ ਨਹੀਂ ਉਹਨਾਂ ਨੂੰ ਤੁਰੰਤ ਜਿਹੜਾ ਹੈ ਉਹ ਚਾਲੂ ਕਰਵਾਇਆ ਜਾ ਸਕੇ ਤਾਂ ਕਿ ਅੱਗੇ ਨੂੰ ATM 'ਚ ਕੋਈ ਅਣਸੁਖਾਵੀਂ ਜਿਹੜੀ ਹੈ ਉਹ ਘਟਨਾ ਨਾ ਹੋ ਸਕੇ। ਬੜਾ ਵਧੀਆ ਪੁਲਿਸ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਦੇਖਦੇ ਹਾਂ ਇਹ ਖਾਸ ਖਬਰ। ਇਹ ਸਾਡੇ ਮਾਣਯੋਗ SSP ਸਾਹਿਬ ਸਰਦਾਰ ਮਨਦੀਪ ਸਿੰਘ ਸਿੱਧੂ IPS ਵੱਲੋਂ ਰੂਟੀਨ ਦੀਆਂ ਹਦਾਇਤਾਂ ਨੇ ਸਾਨੂੰ ਜੋ ਬੈਂਕ ਚੈਕਿੰਗ ਦੀਆਂ ਕੈਸ਼ ਵੈਨ ਚੈਕਿੰਗ ਦੀਆਂ ਜਾਂ ਜੋ ਫਾਈਨੈਂਸ਼ੀਅਲ ਇੰਸਟੀਟਿਊਟ ਨੇ ਜਿਵੇਂ ਕੋਈ ਫਾਈਨਾਂਸ ਕੰਪਨੀਆਂ ਜਾਂ ਕਿਤੇ ਗੋਲਡ ਲੋਨ ਵਾਲੇ ਨੇ ਉਹਨਾਂ ਦੀ ਅਸੀਂ ਰੂਟੀਨ ਦੇ ਵਿੱਚ ਅਸੀਂ ਇਹ ਚੈਕਿੰਗ ਕਰਦੇ ਹਾਂ ਅਤੇ ਚੈਕਿੰਗ ਦੇ ਵਿੱਚ ਅਸੀਂ ਇਹਨਾਂ ਦੀ ਸਿਕਿਉਰਿਟੀ ਨੂੰ ਲੈ ਕੇ ਸਿਕਿਉਰਿਟੀ ਗਾਰਡ ਨੂੰ ਲੈ ਕੇ ਅਤੇ ਉਹਨਾਂ ਕੋਲ ਵੈਪਨ ਵਗੈਰਾ ਹੈ ਜਾਂ ਨਹੀਂ ਹੈ ਅਤੇ CCTV ਕੈਮਰੇ ਕਿਸ ਹਾਲਤ ਦੇ ਵਿੱਚ ਚੱਲਦੇ ਨੇ ਜਾਂ ਨਹੀਂ ਚੱਲਦੇ ਉਸ ਸੰਬੰਧਿਤ ਅਸੀਂ ਮੈਨੇਜਰ ਨੂੰ ਹਦਾਇਤਾਂ ਕੀਤੀਆਂ ਜਾਂਦੀਆਂ। ਕਿਸ ਹਦਾਇਤਾਂ ਜਿਹੜੀ ਹਦਾਇਤਾਂ ਜਾਰੀ ਕੀਤੀਆਂ ਸੀ ਕੀ ਉਹਨਾਂ ਨੂੰ ਕੀ ਆਦੇਸ਼ ਦਿੱਤੇ ਨੇ? ਮੇਨ ਤਾਂ CCTV ਕੈਮਰੇ ਨੂੰ ਅਸੀਂ ਚੈੱਕ ਕਰੇ ਜਾਂਦੇ ਹਾਂ ਵੀ ਇਹਨਾਂ ਦੇ ਪੁਰਾਣੇ ਕਈ ਵੀ ਬੈਂਕਸ ਦੇ ਜਾਂ ਫਾਈਨੈਂਸ਼ੀਅਲ ਇੰਸਟੀਟਿਊਟ ਦੇ ਪੁਰਾਣੇ ਕੈਮਰੇ ਲੱਗੇ ਹੋਏ ਨੇ ਕਾਫੀ 10-10 ਸਾਲ ਪੁਰਾਣੇ ਦੇ ਉਹਨਾਂ ਨੂੰ ਅਸੀਂ ਰਿਟਰਨ ਵੀ ਅੱਜ ਮਜ਼ਬੂਤ ਵਾਲਿਆਂ ਨੂੰ ਮੈਂ ਰਿਟਰਨ ਦੇ ਕੇ ਆਇਆ ਉਹਨਾਂ ਨੂੰ ਵੀ ਜਿਹੜੀ ਕੈਮਰਿਆਂ ਦੀ ਕੁਆਲਿਟੀ ਉਹਨਾਂ ਦੀ ਬਹੁਤ ਪੂਰ ਆ ਵੀ ਇਹ ਆਪਣੇ ਚੰਗਾ ਲੇਟੈਸਟ ਕੈਮਰੇ CCTV ਕੈਮਰੇ ਲਵਾਏ ਜਾਣ ਅਤੇ ਸਿਕਿਉਰਿਟੀ ਗਾਰਡਸ ਨੂੰ ਹਦਾਇਤ ਕੀਤੀ ਗਈ ਹੈ ਜਿਵੇਂ ਕੋਈ ਮੂੰਹ ਬੰਨ੍ਹ ਕੇ ਆਉਂਦਾ ਜਾਂ ਕੋਈ ਵਾਰ ਵਾਰ ਬੈਂਕ ਦੇ ਬਾਹਰ ਚੱਕਰ ਮਾਰਦਾ ਅਤੇ ਸਿਕਿਉਰਿਟੀ ਗਾਰਡਾਂ ਨੂੰ ਇਹ ਵੀ ਹਦਾਇਤ ਕੀਤੀ ਹੈ ਵੀ ਉਹਨਾਂ ਨੇ ਕੋਈ ਬੈਂਕ ਦੇ ਵਿੱਚ ਕਾਗਜ਼ੀ ਪੱਤਰੀ ਦਾ ਜਾਂ ਕਲੈਰੀਕਲ ਕੰਮ ਨਹੀਂ ਕਰਨਾ ਉਹਨਾਂ ਦਾ ਸਿਰਫ ਸਿਕਿਉਰਿਟੀ ਦਾ ਕੰਮ ਹੈ ਅਤੇ ਜਾਂ ਹੋਰ ਵੀ ਅਸੀਂ ਹਦਾਇਤਾਂ ਜੋ ਵੀ ਸਾਨੂੰ ਸੀਨੀਅਰ ਅਫਸਰਾਂ ਵੱਲੋਂ ਮਿਲੀਆਂ ਇਹਨਾਂ ਨੂੰ ਹਦਾਇਤਾਂ ਦਿੱਤੀਆਂ ਨੇ। ਸੰਗਰੂਰ ਤੋਂ ਗੁਲਜ਼ਾਰ ਮੱਲੀ ਦੀ ਖਬਰ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ ਜਿਵੇਂ ਗਠੀਆ ਸਰਵਾਈਕਲ ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ ਇੱਥੋਂ ਤੱਕ ਕਿ ਬਲੋਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ ਵੇਟ ਲੂਸ ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਵਜ਼ਨ ਘਟਾਓ ਅਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਅਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਅਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 94784 84087।
ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478484087।